ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਗੱਲ ਕਰਾਂਗੇ। ਸਟੂਡੈਂਟਸ ਨੂੰ ਅੱਜ ਬਹੁਤ ਹੀ ਖਾਸ ਪੁਆਇੰਟਸ ਉੱਪਰ ਅਸੀਂ ਜਾਣਕਾਰੀ ਦੇਣ ਜਾ ਰਹੇ ਹਾਂ। ਪਹਿਲਾਂ ਤਾਂ ਇਹ ਕਿ ਅਗਰ ਆਪਾਂ ਆਸਟ੍ਰੇਲੀਅਨ ਜੋਬ ਮਾਰਕੀਟ ਦੀ ਗੱਲ ਕਰੀਏ ਤਾਂ ਉਸਦੇ ਹਿਸਾਬ ਦੇ ਨਾਲ ਸਟੂਡੈਂਟਸ ਨੂੰ ਕਿਸ ਤਰ੍ਹਾਂ ਦੇ ਕੋਰਸਿਸ ਦੇ ਨਾਲ ਅੱਗੇ ਵਧਣਾ ਚਾਹੀਦਾ ਤਾਂ ਕਿ ਤੁਹਾਨੂੰ ਅੱਗੋਂ ਢੇਰ ਸਾਰੀ ਜੋਬ ਦੀ ਆਪਸ਼ਨਸ ਤਾਂ ਮਿਲਣ ਹੀ, ਨਾਲ ਦੀ ਨਾਲ ਪੀਆਰ ਦਾ ਰਸਤਾ ਵੀ ਤੁਹਾਡਾ ਈਜ਼ੀ ਹੁੰਦਾ। ਸੋ ਅੱਜ ਦੀ ਵੀਡੀਓ ਸਾਰੇ ਹੀ ਸਟੂਡੈਂਟਸ ਲਈ ਬਹੁਤ ਹੀ ਜ਼ਿਆਦਾ ਖਾਸ ਰਹਿਣ ਵਾਲੀ ਹੈ। ਜਿੰਨੇ ਵੀ ਸਿੰਸੀਅਰ ਸਟੂਡੈਂਟਸ ਨੇ ਅਪਲਾਈ ਕਰਨਾ ਹੈ ਅਤੇ ਆਪਣੇ ਫਿਊਚਰ ਦੀ ਤੁਸੀਂ ਪਲੈਨਿੰਗ ਕਰ ਰਹੇ ਹੋ ਤਾਂ ਇਹ ਵੀਡੀਓ ਸੁਣ ਕੇ ਇੱਕ ਇੱਕ ਗੱਲ ਆਪਣੇ ਜ਼ਹਿਨ ਵਿੱਚ ਰੱਖ ਕੇ ਹੀ ਆਪਣੇ ਕੋਰਸ ਦੀ ਤੁਸੀਂ ਸਿਲੈਕਸ਼ਨ ਕਰਨੀ ਹੈ। ਇੱਕ ਹੋਰ ਚੀਜ਼, ਫੰਡਸ ਨੂੰ ਲੈ ਕੇ ਵੀ ਬੜੀ ਇੱਕ ਖਾਸ ਕਲੈਰਿਟੀ ਤੁਹਾਨੂੰ ਅੱਜ ਅਸੀਂ ਦੇਣ ਜਾ ਰਹੇ ਹਾਂ। ਵੀਡੀਓ ਦੇ ਵਿੱਚ ਹੀ ਤੁਹਾਨੂੰ ਇਹ ਪੁਆਇੰਟ ਜੋ ਹੈ ਸਮਝ ਆਏਗਾ। ਸਵਾਗਤ ਹੈ ਜੀ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ। ਡਿਟੇਲ ਵਿੱਚ ਸਾਰੇ ਪੁਆਇੰਟਸ ਉੱਪਰ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਮੈਮ, ਜ਼ਰੂਰ ਅੱਜ ਆਪਾਂ ਗੱਲ ਜਦੋਂ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਕਰਦੇ ਹਾਂ, ਸਟੂਡੈਂਟਸ ਦਾ ਸਵਾਲ ਤਾਂ ਇਹ ਹੁੰਦਾ ਹੀ ਅਸੀਂ ਕਿਹੜੇ ਕੋਰਸ ਦੇ ਵਿੱਚ ਜਾਈਏ, ਪਰ ਤੁਹਾਡੇ ਤੋਂ ਮੈਂ ਜ਼ਰੂਰ ਜਾਣਨਾ ਚਾਹੂੰਗੀ ਕਿ ਕੁਝ ਅਜਿਹੇ ਕੋਰਸ ਜਿਹੜੇ ਆਪਾਂ ਕਹੀਏ ਸਟੂਡੈਂਟਸ ਨੂੰ ਅੱਗੋਂ ਜਾ ਕੇ ਜੋਬ ਦੇ ਵਿੱਚ ਮਦਦ ਕਰਨ, ਪੀਆਰ ਦੇ ਵਿੱਚ ਮਦਦ ਕਰਨ, ਕੀ ਅਜਿਹੇ ਵੀ ਕੋਈ ਖਾਸ ਕੋਰਸ ਨੇ ਤਾਂ ਕਿ ਸਟੂਡੈਂਟਸ ਸਹੀ ਆਪਸ਼ਨ ਦੇ ਨਾਲ ਹੀ ਅੱਗੇ ਵਧਣ? ਦੇਖੋ ਹਰਜੋਤ, ਹਰ ਸਟੂਡੈਂਟ ਜਿਹੜਾ ਜਾ ਰਿਹਾ ਇੱਥੋਂ ਉਹ ਇੱਕ ਸੁਖਨਾ ਲੈ ਕੇ ਜਾ ਰਿਹਾ, ਇੱਕ ਡ੍ਰੀਮ ਲੈ ਕੇ ਜਾ ਰਿਹਾ ਕਿ ਮੈਂ, ਮੇਰਾ ਅੱਗੇ ਫਿਊਚਰ ਬਹੁਤ ਅੱਛਾ ਹੋਵੇ। ਕੋਈ ਵੀ ਮਾਂ ਬਾਪ ਜਿਹੜਾ ਆਪਣੇ ਬੱਚੇ 'ਤੇ 15-20 ਲੱਖ ਰੁਪਇਆ ਜਿਹੜਾ ਸਾਲ ਦਾ ਲਗਾ ਰਿਹਾ, ਕਿਉਂਕਿ ਕੋਈ ਵੀ ਫੀਸ ਜਿਹੜੀ ਹੈ $30,000 ਤੋਂ ਘੱਟ ਨਹੀਂ ਆ, ਤਾਂ 16-17 ਲੱਖ ਫੀਸ ਹੋ ਗਈ ਐਵਰੇਜ ਯੂਨੀਵਰਸਿਟੀ ਦੀ ਵੀ, ਹੈ ਨਾ। ਉਸ ਤੋਂ ਉੱਪਰ ਜੇ ਯੂਨੀਵਰਸਿਟੀ ਬਹੁਤ ਅੱਛੀ ਹੈ, ਕੋਰਸ ਬਹੁਤ ਸਪੈਸੀਫਿਕ ਹੈ, ਉਹ $35,000 $40,000 ਵੀ ਜਾ ਸਕਦੀ ਹੈ। ਅਤੇ ਜੇ ਮੰਨ ਲਓ 15 ਲੱਖ ਵੀ ਸਾਲ ਦਾ ਲਗਾ ਰਿਹਾ ਬੱਚਾ, ਅਤੇ ਰਿਟਰਨ ਔਨ ਇਨਵੈਸਟਮੈਂਟ ਉਹ ਇੱਕ ਸੁਖਨਾ ਹੈ, ਫਿਰ ਹੀ ਉਹ ਇੰਨਾ ਪੈਸਾ ਲਾ ਰਹੇ ਆ। ਜਦਕਿ ਆਮ ਤੌਰ 'ਤੇ ਜੇ ਦੇਖਿਆ ਜਾਏ ਇੱਕ ਅੱਛੀ ਫੈਮਿਲੀ ਫਾਈਨੈਂਸ਼ਲੀ ਜਾਂ ਸਾਊਂਡ ਹੈ, ਉਹਨਾਂ ਦੇ ਵਾਸਤੇ ਪੈਸਾ ਕੋਈ ਜ਼ਿਆਦਾ ਨਹੀਂ ਹੁੰਦਾ। ਬਟ ਕੋਈ ਵੀ ਪੈਸਾ ਬੜੇ ਮਿਹਨਤ ਦੀ ਕਮਾਈ ਹੈ ਔਰ ਉਹ ਇੱਕ ਅੱਛੀ ਐਜੂਕੇਸ਼ਨ 'ਤੇ ਹੀ ਲਗਾਉਣਾ ਚਾਹੁੰਦੇ ਆ। ਹਰ ਮਾਂ ਬਾਪ ਦਾ ਇੱਕ ਸੁਖਨਾ ਹੈ ਕਿ ਮੈਂ ਆਪਣੇ ਬੱਚੇ ਨੂੰ ਜਿਹੜਾ ਇੱਕ ਅੱਛੀ ਐਜੂਕੇਸ਼ਨ ਦੇਵਾਂ। ਮੇਰੇ ਖਿਆਲ ਉਹ ਆਪਣਾ ਪੇਟ ਕੱਟ ਕੇ ਵੀ ਬੱਚੇ ਨੂੰ ਜਿਹੜਾ ਪੜ੍ਹਾਉਣ ਦੇ ਉੱਪਰ ਖਰਚਾ ਕਰਦੇ ਆ। ਉਹ ਫਿਰ ਬਾਹਰ ਦੀ ਇੱਕ ਰੈਪ ਹੋ ਗਈ ਹਰ ਬੰਦੇ ਦੀ ਕਿ ਇੱਕ ਇਮੇਜ਼ ਹੋ ਗਈ ਕਿ ਬੱਚਾ ਬਾਹਰੋਂ ਪੜ੍ਹ ਕੇ ਆਇਆ ਜਾਂ ਬਾਹਰ ਸੈਟਲਡ ਹੈ। ਉਹ ਫਿਰ ਯੂਨੀਵਰਸਿਟੀਆਂ ਦਾ ਚੰਗੀਆਂ ਦਾ ਚੋਣ ਕਰਨਾ ਬਹੁਤ ਇੱਕ ਜਿਹਨੂੰ ਕਹਿੰਦੇ ਹਾਂ ਇੰਪੋਰਟੈਂਟ ਚੀਜ਼ ਹੈ। ਐਂਡ ਕੋਰਸ ਚੋਣ ਕਰਨਾ ਸਭ ਤੋਂ, ਉਸ ਤੋਂ ਵੀ ਇੰਪੋਰਟੈਂਟ ਕੋਰਸ ਦਾ ਚੋਣ ਕਰਨਾ। ਹੁਣ ਜੇ ਬੱਚਾ ਮੈਡੀਕਲ ਸਾਇੰਸ ਤੋਂ ਹੈ ਤਾਂ ਜ਼ਿਆਦਾਤਰ ਬੱਚੇ ਨਰਸਿੰਗ ਲੈਂਦੇ ਆ। ਲੇਕਿਨ ਮੈਂ ਉਹਨਾਂ ਪੇਰੈਂਟਸ ਨੂੰ ਦੱਸਾਂ ਕਿ ਤੁਸੀਂ ਹੈਲਥ ਐਂਡ ਨਿਊਟ੍ਰੀਸ਼ਨ ਲਓ, ਤੁਸੀਂ ਸਪੋਰਟਸ ਮੈਨੇਜਮੈਂਟ ਲਓ। ਤੁਸੀਂ ਦੇਖੋ ਕਿ ਨਰਸਿੰਗ ਤਾਂ ਇੱਕ ਆਮ ਕੋਰਸ, ਬਸ ਤੁਸੀਂ ਸੁਣਿਆ ਨਰਸਿੰਗ ਕਰ ਲਓ। ਹੈਲਥ ਐਂਡ ਨਿਊਟ੍ਰੀਸ਼ਨ ਵਾਲਿਆਂ ਦੇ ਕਦੇ ਤੁਸੀਂ ਦੇਖੋ ਕਿ ਉਹਨਾਂ ਦੇ ਸੈਲਰੀਜ਼ ਕਿੰਨੀ ਜ਼ਿਆਦਾ ਨਰਸਿੰਗ ਤੋਂ ਜ਼ਿਆਦਾ ਆਏਗੀ, ਕਿਉਂਕਿ ਅਵੇਅਰਨੈਸ ਨਹੀਂ ਹੈ। ਉਹਨਾਂ ਦੇ ਕਿਸੇ ਰਿਸ਼ਤੇਦਾਰ ਨੇ ਕਹਿ ਤਾ ਉਹ ਲੈ ਕੇ ਆ ਜਾਓ, PR ਮਿਲ ਜਾਏਗੀ। ਬਟ ਤੁਸੀਂ ਆਪਣਾ ਇਹ ਦੇਖੋ ਕਿ ਇੱਕ ਵਾਈਟ ਕਾਲਰ ਜੋਬ, ਸੈਲਰੀ ਆਊਟਕਮ। ਸਪੋਰਟਸ ਮੈਨੇਜਮੈਂਟ 'ਚ ਇੱਕ ਬੱਚੇ ਨੂੰ ਮੈਂ ਭੇਜਿਆ ਸੀਗਾ, ਉਹਦੀ ਸੈਲਰੀ ਉਹਦੇ ਦਾਦਾ ਹੀ ਨੇ ਆ ਕੇ ਦੱਸੀ, ਉਹ ਅੱਜ ਤੋਂ ਮੇਰੇ ਖਿਆਲ ਹੋ ਗਏ 8-10 ਸਾਲ ਦੀ ਗੱਲ। ਕਹਿੰਦੇ ਬਾਕੀ ਬੱਚਿਆਂ ਨੂੰ ਉਸ ਟਾਈਮ $15 ਮਿਲਦੇ ਸੀ, ਇਹਨੂੰ $40 ਘੰਟੇ ਦੇ ਮਿਲਦੇ ਸੀਗੇ ਉਸ ਟਾਈਮ, ਠੀਕ ਹੈ। ਅਤੇ ਕੋਰਸਿਸ ਥੋੜ੍ਹੇ ਜਿਹੇ ਅੱਛੇ ਲਓ, ਕਿਉਂਕਿ ਹਰ ਬੱਚਾ ਅੱਜ ਕੱਲ੍ਹ ਜਿਹੜਾ ਸਪੋਰਟਸ ਦੇ ਵਿੱਚ ਜਾਣਾ ਚਾਹੁੰਦਾ। ਸਪੋਰਟਸ ਦੇ ਵਿੱਚ ਜਾਣ ਨਾਲ ਸਪੋਰਟਸ ਦੀ ਇੰਜਰੀਜ਼ ਵੀ ਹੁੰਦੀਆਂ, ਠੀਕ ਹੈ। ਉਹਨਾਂ ਦੇ ਰਿਲੇਟਡ ਬਹੁਤ ਸਾਰੀ ਚੀਜ਼ਾਂ ਚਾਹੀਦੀਆਂ। ਸਪੋਰਟਸ ਆਪਣੇ ਆਪ 'ਚ ਇੱਕ ਬਹੁਤ ਬੜਾ ਡਿਪਾਰਟਮੈਂਟ ਹੈ ਜਿਹਦੇ ਵਿੱਚ ਬੱਚੇ ਜਾਂਦੇ ਆ। ਹਰ ਬੰਦਾ ਜਿਹੜਾ ਇਸ ਟਾਈਮ ਬਿਕੋਜ਼ ਆਫ ਜਿਹੜਾ ਗਲਤ ਖਾਣ ਪਾਣ ਦੀ ਵਜ੍ਹਾ ਨਾਲ ਹੈਲਥ ਇਸ਼ੂਜ਼ ਹੈ,
ਤੇ ਉਹਨਾਂ ਨੂੰ ਡਾਇਟੀਸ਼ੀਅਨ ਚਾਹੀਦੇ ਆ, ਤੇ ਹੈਲਥ ਐਂਡ ਨਿਊਟ੍ਰੀਸ਼ਨ ਵਾਲਾ ਕੋਰਸ ਬਹੁਤ ਅੱਛਾ ਕੋਰਸ ਆਉਂਦਾ ਹੈ। ਇੱਦਾਂ ਦੇ ਮੇਰੇ ਖਿਆਲ 100 ਕੋਰਸਿਸ ਨਿਕਲਣਗੇ, ਅੱਛੇ ਕੋਰਸਿਸ ਨਿਕਲਣਗੇ ਜਦ ਅਸੀਂ ਸਟੂਡੈਂਟ ਨਾਲ ਬੈਠਦੇ ਹਾਂ। ਬਟ ਮੈਂਟਲੀ ਜਿਹੜੀ ਸੁਣੀ ਸੁਣਾਈ ਗੱਲਾਂ ਤੋਂ ਹਟ ਕੇ ਜਦ ਸਾਡਾ ਐਜ਼ ਏ ਕੰਸਲਟੈਂਟ ਐਜ਼ ਏ ਕਾਊਂਸਲਰ ਤੁਸੀਂ ਸਾਨੂੰ ਸੁਣੋਗੇ ਤਾਂ ਸ਼ਾਇਦ ਤੁਹਾਨੂੰ ਪਤਾ ਚੱਲੇਗਾ ਕਿ ਤੁਹਾਡੇ ਬੱਚੇ ਵਾਸਤੇ ਅਸੀਂ ਮਤਲਬ ਬਹੁਤ ਅੱਛਾ ਕਰ ਰਹੇ ਹਾਂ, ਬਟ ਤੁਹਾਨੂੰ ਸੁਣਨਾ ਪਏਗਾ। ਮੈਂ ਕੁਛ ਕੋਰਸਿਸ ਦੀ ਲਿਸਟ ਲੈ ਕੇ ਆਈ ਹਾਂ ਜਿਹੜੇ ਕਿ ਬੱਚੇ ਦੇ ਉਹਦੇ ਵਿੱਚ ਤੁਹਾਨੂੰ ਮਤਲਬ ਅੱਗੇ ਸੈਟਲਮੈਂਟ 'ਚ ਜਾਂ ਜੋਬ 'ਚ ਹੈਲਪ ਕਰ ਸਕਦੇ ਆ। ਜਿੱਦਾਂ ਮਾਸਟਰ ਆਫ ਸਾਈਬਰ ਸਿਕਿਉਰਟੀ ਐਂਡ ਫੋਰਸੈਂਡਿੰਗ, ਠੀਕ ਹੈ, ਫੋਰੈਂਸਿਕ, ਮਾਸਟਰ ਆਫ ਸਾਈਬਰ ਸਿਕਿਉਰਟੀ ਐਂਡ ਫੋਰੈਂਸਿਕ, ਮਾਸਟਰ ਆਫ ਇਨਫੋਰਮੇਸ਼ਨ ਕਮਿਊਨੀਕੇਸ਼ਨ ਟੈਕਨੋਲੋਜੀ, ਇਹ ਮਾਸਟਰਸ ਦੇ ਕੋਰਸਿਸ ਹੈ, ਠੀਕ ਹੈ। ਮਾਸਟਰ ਆਫ ਹੈਲਥ ਸਾਇੰਸ ਮੈਨੇਜਮੈਂਟ, ਇਹ ਸਾਰੇ ਜਿਹੜੇ ਕੋਰਸਿਸ ਮੈਂ ਤੁਹਾਨੂੰ ਦੱਸੂੰਗੀ, ਸਾਰੇ ਇੱਕ ਤੋਂ ਇੱਕ ਵਧੀਆ। ਦੈਨ ਆ ਗਏ ਮਾਸਟਰ ਬਿਜ਼ਨਸ ਵਾਸਤੇ, ਮਾਸਟਰ ਆਫ ਸਪਲਾਈ ਚੇਨ ਮੈਨੇਜਮੈਂਟ, ਅਪਲਾਈਡ ਇਨਫੋਰਮੇਸ਼ਨ ਟੈਕਨੋਲੋਜੀ, ਬਿਜ਼ਨਸ ਐਨਾਲਿਟਿਕ, ਠੀਕ ਹੈ। ਇਹ ਸਾਰੇ ਕੋਰਸਿਸ ਜਿਹੜੇ ਆ ਤੁਹਾਨੂੰ ਮੈਂ, ਮਾਸਟਰ ਆਫ ਡਾਟਾ ਸਾਇੰਸ, ਮਾਸਟਰ ਆਫ ਕੰਸਟਰਕਸ਼ਨ ਐਂਡ ਇਨਫਰਾਸਟਰਕਚਰ ਮੈਨੇਜਮੈਂਟ, ਤੁਸੀਂ ਇਹ ਦੇਖੋ ਕੋਈ ਵੀ ਸਿਟੀ ਹੈ ਜਦੋਂ ਬਹੁਤ ਬੜੇ ਇਨਫਰਾਸਟਰਕਚਰ ਦੇ ਉਸ ਤੋਂ ਨਿਕਲਦੀ ਹੈ, ਕੈਪੀਟਲਸ ਹੈ, ਆਸਟ੍ਰੇਲੀਆ ਵਿੱਚ ਜਿੱਦਾਂ ਮੈਲਬਰਨ ਕਹਿ ਲਓ, ਸਿਡਨੀ ਕਹਿ ਲਓ, ਐਡੀਲੇਡ ਕਹਿ ਲਓ, ਬ੍ਰਿਸਬੇਨ ਕਹਿ ਲਓ, ਇਹਨਾਂ ਨੂੰ ਬਹੁਤ ਸਾਰੇ ਕੰਸਟਰਕਸ਼ਨ ਇੰਜੀਨੀਅਰਸ ਚਾਹੀਦੇ ਆ ਐਂਡ ਇਨਫਰਾਸਟਰਕਚਰ ਮੈਨੇਜਮੈਂਟ। ਹੁਣ ਇੰਨੇ ਬੜੇ ਬੜੇ ਬ੍ਰਿਜਿਸ ਬਣਦੇ ਆ, ਇੰਨਾ ਬੜਾ ਬੜਾ ਮਾਲ ਬਣਦੇ ਆ, ਮਾਰਕੀਟਸ ਬਣਦੀਆਂ, ਉਹਨਾਂ ਦੇ ਵਾਸਤੇ ਕੰਸਟਰਕਸ਼ਨ ਐਂਡ ਇਨਫਰਾਸਟਰਕਚਰ ਮੈਨੇਜਮੈਂਟ, ਉਹ ਪ੍ਰੋਜੈਕਟਸ ਨੂੰ ਦੇਖਣ ਵਾਸਤੇ ਵਰਡ ਆ ਰਿਹਾ ਅੱਗੇ ਮੈਨੇਜਮੈਂਟ, ਅਤੇ ਉਹ ਮੈਨੇਜ ਕਰਨ ਵਾਸਤੇ ਇਹਨਾਂ ਨੂੰ ਮੈਨੇਜਰਸ ਚਾਹੀਦੇ ਹੁੰਦੇ ਆ, ਹੈ ਨਾ। ਇਹ ਕੋਰਸ ਜਿਹੜਾ ਹੈ ਤੁਹਾਡਾ ਬੀ ਐੱਸ ਸੀ ਨੋਨ ਮੈਡੀਕਲ ਵਾਲਿਆਂ ਵਾਸਤੇ ਬਹੁਤ ਅੱਛਾ, ਜਾਂ ਬੀ ਟੈਕ ਸਿਵਿਲ ਇੰਜੀਨੀਅਰਿੰਗ 'ਚ ਜਿਨ੍ਹਾਂ ਨੇ ਕੀਤੀ ਹੈ ਉਹਨਾਂ ਦੇ ਵਾਸਤੇ ਬਹੁਤ ਅੱਛਾ ਹੈ, ਠੀਕ ਹੈ। ਮਾਸਟਰ ਆਫ ਪ੍ਰੋਜੈਕਟ ਮੈਨੇਜਮੈਂਟ ਕੋਈ ਵੀ ਬੱਚਾ ਜਾ ਸਕਦਾ ਜਿਹਨੇ ਬੀ ਟੈਕ ਕੰਪਿਊਟਰ 'ਚ ਕੀਤਾ ਜਾਂ ਇੰਜੀਨੀਅਰਿੰਗ ਦਾ ਕੁਛ ਵੀ ਕੀਤਾ ਹੋਇਆ, ਉਹ ਸਾਰੇ ਪ੍ਰੋਜੈਕਟ 'ਚ ਜਾ ਸਕਦੇ ਆ, ਕਿਉਂਕਿ ਬੜੇ ਬੜੇ ਜਿਹੜੇ ਵੀ ਪ੍ਰੋਜੈਕਟਸ ਆਉਂਦੇ ਆ ਉਹਨਾਂ ਨੂੰ ਕਿੱਦਾਂ ਦੇਖਣਾ, ਉਹਦੇ ਵਾਸਤੇ ਪ੍ਰੋਜੈਕਟ ਮੈਨੇਜਮੈਂਟ ਦਾ ਕੋਰਸ ਹੁੰਦਾ ਜੀ, ਰਾਈਟ। ਦੈਨ ਤੁਹਾਡਾ ਜਿਹੜਾ ਮਾਸਟਰ ਆਫ ਹੈਲਥ ਮੈਨੇਜਮੈਂਟ, ਮਾਸਟਰ ਆਫ ਈ ਲਰਨਿੰਗ, ਰਾਈਟ, ਕਾਫੀ ਮਾਸਟਰ ਆਫ ਈ ਲਰਨਿੰਗ ਜਿਹੜੀ ਮੈਂ ਦੱਸੀ ਹੈ, ਜਿੰਨੇ ਟੀਚਰਸ ਹੈ ਉਹਨਾਂ ਦੇ ਵਾਸਤੇ ਈਵਨ ਸਪਾਊਸ ਵੀਜ਼ਾ ਦੇ ਨਾਲ ਵੀ ਇਹਦੇ ਵਿੱਚ ਜਾ ਸਕਦੇ ਆ, ਮੈਰਿਜ 1 ਈਅਰ ਓਲਡ ਹੋਣੀ ਚਾਹੀਦੀ ਹੈ, ਔਰ ਉਹ ਟੀਚਰਸ ਵੀ ਜਾ, ਈ ਲਰਨਿੰਗ ਕੋਈ ਵੀ ਕਰ ਸਕਦਾ, ਕਿਸੇ ਵੀ ਫੀਲਡ ਵਾਲਾ ਕਰ ਸਕਦਾ, ਬਟ ਟੀਚਰਸ ਨੂੰ ਮੈਂ ਜ਼ਿਆਦਾ ਰਿਕਮੈਂਡ ਕਰਦੀ ਹਾਂ। ਫਿਰ ਬੈਚੁਲਰ ਆਫ ਨਰਸਿੰਗ ਆ ਗਿਆ, ਠੀਕ ਹੈ, ਬੈਚੁਲਰ ਆਫ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ, ਦੈਨ ਤੁਹਾਡਾ ਆ ਗਿਆ ਬੈਚੁਲਰ ਆਫ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ, ਸਾਈਬਰ ਸਿਕਿਉਰਟੀ, ਬੈਚੁਲਰ ਆਫ ਅਰਲੀ ਚਾਈਲਡਹੁੱਡ ਐਂਡ ਬੈਚੁਲਰ ਆਫ ਸਾਈਬਰ ਸਿਕਿਉਰਟੀ ਅਗੇਨ ਅਰਲੀ ਚਾਈਲਡਹੁੱਡ, ਦੈਨ ਤੁਹਾਡਾ ਆ ਗਿਆ ਬੈਚੁਲਰ ਆਫ ਬਿਜ਼ਨਸ, ਰਾਈਟ। ਇਹ ਇੱਦਾਂ ਕਰਕੇ ਹਰ ਯੂਨੀਵਰਸਿਟੀ ਦੀ ਆਪਣੀ ਆਪਣੀ ਇੱਕ ਲਿਸਟ ਨਿਕਲਦੀ ਹੈ, ਲੇਕਿਨ ਹੁਣ ਤੁਸੀਂ ਸੋਚ ਸਕਦੇ ਹੋ ਕਿ ਬੈਚੁਲਰ ਆਫ ਬਿਜ਼ਨਸ ਬੱਚਾ ਕਰਕੇ ਕੀ ਉਹਦੇ ਵਿੱਚ ਅੱਗੇ ਸਪੈਸ਼ਲਾਈਜੇਸ਼ਨ ਹੋਏਗੀ, ਉਹ ਕੀ ਕਰਨਾ ਚਾਹੁੰਦਾ, ਸਿੰਪਲ ਬਿਜ਼ਨਸ ਕਰਨਾ ਚਾਹੁੰਦਾ, ਉਹਦੇ ਬਾਅਦ ਉਹਨੂੰ ਜੇ ਸਿੰਪਲ ਬਿਜ਼ਨਸ ਕਰ ਰਿਹਾ ਤਾਂ ਨੈਚੁਰਲ ਆ ਕੋਈ ਸਪੈਸ਼ਲਾਈਜ਼ ਮਾਸਟਰ ਕਰਨੀ ਪਏਗੀ, ਜੇ ਖਾਲੀ ਬੈਚੁਲਰ ਕਰਕੇ ਨਿਕਲਣਾ ਤਾਂ ਉਹਨੂੰ ਸਪੈਸ਼ਲਾਈਜੇਸ਼ਨ ਰੱਖਣੀ ਪਏਗੀ, ਚਾਹੇ ਉਹ ਮਾਰਕੀਟਿੰਗ ਦੀ ਰੱਖੇ, ਚਾਹੇ ਉਹ ਫਾਈਨੈਂਸ਼ੀਅਲ ਕਿਸੇ ਅੱਛੇ ਸਬਜੈਕਟ ਦੀ ਰੱਖੇ, ਇਕਨੋਮਿਕਸ ਦੀ ਰੱਖੇ, ਜਿਹਦੇ ਨਾਲ ਉਹ ਜੋਬ ਓਰੀਐਂਟਿਡ ਕੋਰਸ ਹੋਏ। ਜਿੰਨੇ ਵੀ ਕੋਰਸਿਸ ਆ ਜਦ ਇਹ ਜੋਬ ਓਰੀਐਂਟਿਡ ਹੁੰਦੇ ਆ
ਫਿਰ ਤੁਹਾਨੂੰ ਸੈਟਲਮੈਂਟ, ਤੁਹਾਨੂੰ ਜੋਬ ਬਹੁਤ ਈਜ਼ੀ ਹੈ। ਬਟ ਕੋਰਸ ਤੁਹਾਡਾ ਜਿਹੜਾ ਹੈ, ਜਿਹੜੇ ਮੈਂ ਕੋਰਸਿਸ ਦੱਸੇ ਇੱਕ ਸਾਰੇ ਇਕਨੋਮੀਕਲ ਦੱਸੇ, 25 ਤੋਂ 30 ਹਜ਼ਾਰ ਡਾਲਰ ਦੇ ਵਿੱਚ ਚੱਲ ਦੱਸੇ ਆ, ਠੀਕ ਹੈ। ਹਾਂ, ਪੰਜਾਬ ਦੇ ਵਾਸਤੇ ਉਹਨਾਂ ਨੇ ਥੋੜ੍ਹਾ ਹਰਿਆਣਾ ਔਰ ਪੰਜਾਬ ਦੇ ਵਾਸਤੇ ਕੀਤਾ ਕਿ ਕਾਫੀ ਸਾਰੀ ਯੂਨੀਵਰਸਿਟੀਆਂ ਨੇ, ਕੁਛ ਯੂਨੀਵਰਸਿਟੀਆਂ ਨੇ ਨਹੀਂ ਕੀਤਾ, ਲੇਕਿਨ ਕੁਛ ਯੂਨੀਵਰਸਿਟੀਆਂ ਨੇ ਫੀਸ ਡਿਪੋਜ਼ਿਟ 75% ਕਰਤਾ, ਜਦਕਿ ਹਜੇ ਵੀ ਕਾਫੀ ਸਾਰੀ ਯੂਨੀਵਰਸਿਟੀਆਂ ਜਿਹੜੀ 6 ਮੰਥ ਫੀਸ ਨਾਲ ਲੈ ਰਹੀਆਂ। ਬਿਕੋਜ਼ ਸਾਡਾ ਜਿਹੜਾ ਐਕਸਪੀਰੀਅੰਸ ਹੈ, ਪਿੱਛੇ ਜਿਹੜੇ ਸਟੂਡੈਂਟਸ ਦੀ ਅਸੀਂ 1 ਈਅਰ ਦੀ ਫੀਸ ਕਰਾਈ, ਉਹਨਾਂ ਦੇ ਸਾਰਿਆਂ ਦੇ ਵੀਜ਼ੇ ਆਏ ਸੀਗੇ, ਠੀਕ ਹੈ ਨਾ। ਅਤੇ ਜੋ ਵੀ ਸਟੂਡੈਂਟ ਹੈ, ਜੋਬ ਓਰੀਐਂਟਿਡ ਕੋਰਸ ਲਓ। ਅਸੀਂ, ਮੇਰੀ ਟੀਮ ਆਪ ਤੁਹਾਡੇ ਪ੍ਰੋਫਾਈਲ 'ਤੇ ਕੰਮ ਕਰੇਗੀ। ਤੁਹਾਨੂੰ 5 ਕੋਰਸਿਸ ਅਸੀਂ ਦੇਵਾਂਗੇ, 4 ਦੇਵਾਂਗੇ, ਉਹਦੇ ਵਿੱਚ ਇੱਕ ਬੈਸਟ ਕੋਰਸ ਤੁਸੀਂ ਸਿਲੈਕਟ ਕਰੋ। ਤੁਸੀਂ ਖਾਲੀ ਜਾਣ ਦਾ ਮਕਸਦ ਨਾ ਰੱਖੋ ਕਿ ਵੀਜ਼ਾ ਹੋ ਜਾਵੇ, ਤੁਸੀਂ ਇਹ ਦੇਖੋ ਵੀਜ਼ਾ ਹੋਣ ਦੇ ਬਾਅਦ ਤੁਸੀਂ ਅੱਗੇ ਕੀ ਕਰਨਾ ਹੈ। ਉਹ ਕੋਰਸ ਕਰਕੇ ਯੂ ਕੈਨ ਟੇਕ ਏ ਬਿਊਟੀਫੁਲ ਜੋਬ, ਯੂ ਕੈਨ ਟੇਕ ਏ ਗੁੱਡ ਜੋਬ। ਜੇ ਜੋਬ ਅੱਛੀ ਹੋਏਗੀ ਤਾਂ ਸੈਟਲਮੈਂਟ ਤਾਂ ਪਿੱਛੇ ਹੀ ਵੱਜਦੀ ਆ, ਉਹਦੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ, ਬਟ ਜੋਬ ਤੁਹਾਡੇ ਕੋਲ ਅੱਛੀ ਹੋਣੀ ਚਾਹੀਦੀ। ਬਿਲਕੁਲ ਬਿਲਕੁਲ ਸਹੀ। ਸੋ ਮੈਮ ਨੇ ਢੇਰ ਸਾਰੇ ਤੁਹਾਨੂੰ ਚੰਗੇ ਚੰਗੇ ਕੋਰਸਿਸ ਦੱਸੇ ਨੇ, ਔਰ ਵਾਕਈ ਤੁਹਾਨੂੰ ਉਸੇ ਕੋਰਸ ਦੀ ਸਿਲੈਕਸ਼ਨ ਕਰਨੀ ਚਾਹੀਦੀ ਜਿਸ ਦੇ ਨਾਲ ਤੁਹਾਨੂੰ ਜੋਬ ਨੂੰ ਲੈ ਕੇ ਚੰਗੀਆਂ ਆਪਸ਼ਨਸ ਮਿਲਣ, PR ਦੀ ਸੈਟਲਮੈਂਟ ਲਈ ਵਧੀਆ ਤੁਹਾਡੇ ਲਈ ਚੰਗੇ ਰਾਹ ਖੁੱਲ੍ਹ ਸਕਣ। ਸੋ ਜ਼ਰੂਰ ਹੋਰ ਗਾਈਡੈਂਸ ਤੁਹਾਨੂੰ ਅਗਰ ਚਾਹੀਦੀ ਹੋਵੇ ਕੋਰਸਿਸ ਨੂੰ ਲੈ ਕੇ, ਤਾਂ ਜਿਹੜਾ ਨੰਬਰ ਡਿਸਪਲੇ ਹੈ ਨੈਵੀਗੇਟਰਸ ਓਵਰਸੀਜ਼ ਦਾ, ਇਸ ਉੱਪਰ ਕਾਲ ਕਰੋ, ਪੂਰੀ ਜਾਣਕਾਰੀ ਲਓ, ਜਾਂ ਫਿਰ ਨੈਵੀਗੇਟਰਸ ਓਵਰਸੀਜ਼ ਦੇ ਆਫਿਸ ਜ਼ਰੂਰ ਵਿਜ਼ਿਟ ਕਰੋ, ਆਪਣੇ ਡਾਕੂਮੈਂਟਸ ਨਾਲ ਲੈ ਕੇ ਆਇਓ, ਤਾਂ ਕਿ ਤੁਹਾਡੀ ਪ੍ਰੋਫਾਈਲ ਦੀ ਅਸੈਸਮੈਂਟ ਕਰਕੇ ਤੁਹਾਡੀ ਪ੍ਰੋਫਾਈਲ ਦੇ ਨਾਲ ਮੈਚ ਕਰਦੇ ਹੋਏ ਸੂਟੇਬਲ ਕੋਰਸਿਸ ਤੁਹਾਨੂੰ ਸੁਜੈਸਟ ਕੀਤੇ ਜਾਣ, ਅਤੇ ਉਸਦੇ ਵਿੱਚ ਤੁਸੀਂ ਇੱਕ ਆਪਣੀ ਪਸੰਦ ਦਾ ਸਿਲੈਕਟ ਕਰਕੇ ਆਪਣੇ ਅੱਗੋਂ ਦਾ ਪ੍ਰੋਸੈਸ ਜੋ ਹੈ ਸ਼ੁਰੂ ਕਰ ਸਕੋ। ਬਹੁਤ ਬਹੁਤ ਥੈਂਕਸ ਮੈਮ, ਅੱਜ ਦੇ ਟਾਈਮ ਵਿੱਚ ਸਟੂਡੈਂਟਸ ਨੂੰ ਕੋਰਸਿਸ ਨੂੰ ਲੈ ਕੇ ਅਵੇਅਰ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ, ਅਤੇ ਤੁਸੀਂ ਬਹੁਤ ਵਧੀਆ ਢੰਗ ਦੇ ਨਾਲ ਸਟੂਡੈਂਟਸ ਨੂੰ ਗਾਈਡ ਵੀ ਕੀਤਾ। ਅੱਗੋਂ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਫਿਲਹਾਲ ਲਈ ਦਿਓ ਜੀ ਇਜਾਜ਼ਤ, ਥੈਂਕ ਯੂ ਸੋ ਮੱਚ। ਥੈਂਕ ਯੂ।